ਪੰਜਾਬ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਇਲੈਕਸ਼ਨ ਦੇ ਵਿੱਚ ਇਸ ਸਮੇਂ ਜਿਹੜੇ ਮੁੱਖ ਮੁੱਦੇ ਨੇਗੇ ਜਿਵੇਂ ਸਿੱਖਿਆ ਹੋਗੀ ਬੇਰੁਜ਼ਗਾਰੀ ਹੋਗੀ ਇਹਨਾਂ ਦੇ ਉੱਪਰ ਗੱਲ ਹੋ ਰਹੀ ਆ ਪਰ ਜੇਕਰ ਗੱਲ ਸਿੱਖਿਆ ਦੀ ਕਰੀਏ ਤਾਂ ਹਰ ਪਾਰਟੀ ਜਿਹੜੀ ਸਿੱਖਿਆ ਦੇ ਉੱਪਰ ਵੱਡੇ ਵੱਡੇ ਜਿਹੜੇ ਦਾਅਵੇ ਉਠੋਕ ਰਹੀ ਆ ਪਰ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਨਾਮ ਹਲਕੇ ਦੀਆਂ ਇੱਥੇ ਇੱਕ ਪਿੰਡ ਹੈਗਾ ਉੱਥੇ ਤਸਵੀਰਾਂ ਤੁਸੀਂ ਮੇਰੇ ਪਿੱਛੇ ਬਿਲਡਿੰਗ ਦੀਆਂ ਦੇਖ ਰਹੇ ਹੋਮ ਕਿ ਸਕੂਲ ਦੀਆਂ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਂਦੇ ਆ ਵੀ ਸਕੂਲ ਦੇ ਜਿਹੜੇ ਗੇਟ ਨੇ ਬਹੁਤ ਸੁੰਦਰ ਬਣੇ ਹੋਏ ਨੇ ਪਰ ਉਹਦੇ ਅੰਦਰ ਕੀ ਆ ਇੱਥੇ ਪ੍ਰਾਇਮਰੀ ਸਕੂਲ ਹੈ ਇਹ ਇੱਥੇ ਬੱਚੇ ਪੜ੍ਹਦੇ ਹੋਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਮਾਰੀ ਦਾ ਜਿਹੜਾ ਘਰ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਸਕੂਲ ਨੂੰ ਕਿਉਂਕਿ ਇੱਥੇ ਮੀਂਹ ਪੈਣ ਤੋਂ ਬਾਅਦ ਪਿੰਡ ਵਾਲੇ ਕਹਿੰਦੇ ਆ ਵੀ ਇੱਕ ਘੰਟੇ ਦੇ ਵਿੱਚ ਵਿੱਚ ਇਹ ਸਾਰਾ ਛੱਪੜ ਬਣ ਜਾਂਦਾ ਹੈਗਾ ਤੇ ਇੱਥੇ ਹਲੇ ਵੀ ਪਾਣੀ ਹੈ ਜਿਹੜਾ ਉਹ ਖੜਾ ਹੈਗਾ ਜਿਹਦੇ ਚੋਂ ਪਤਾ ਨਹੀਂ ਕਿੰਨੀਆਂ ਕਿਹੜੀਆਂ ਬਿਮਾਰੀਆਂ ਨਿਕੀਆਂ ਉਹ ਪਣਪਰੀਆਂ ਹੋਣਗੀਆਂ ਪਰ ਹੁਣ ਇੱਥੇ ਜੇ ਗੱਲ ਕਰੀ ਜੇ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਬਾਹਰ ਭਾਗਣ ਬੰਦਾ ਨਹੀਂ ਆਏਗੀ ਨਾ ਤੇ ਆਪਣਾ ਕੰਮ ਖੁੱਲਣ ਲਈ 10 ਲੱਖ ਤੱਕ ਦਾ ਅਸਾਨ ਲਾਉਂਦੇਗੀ ਬਹੁ ਆਜ ਪਾ ਗਟਬੰਧਨ ਦਾ ਪ੍ਰਬਲ TMT ਸਰੀਆ ਤੁਹਾਡੇ ਪਰੋਸੇ ਦਾ ਪ੍ਰਤੀਕ ਜਰਮਨ ਟੈਕਨੋਲੋਜੀ ਦੇ ਨਾਲ ਬਣਿਆ ਨੌਰਥ ਇੰਡੀਆ ਦਾ ਨੰਬਰ 1 ਸਰੀਆ ਅ ਪ੍ਰੋਡਕਟ ਆਫ ਸਾਲਸਨ ਸਟੀਲਸ ਆ ਸਪੋਰਟਸਟਰ ਕੀ ਬਣੂਗਾ ਤੇਰਾ ਆਪਣੀ ਭੈਣ ਨੂੰ ਵੇਖ ਤੇ ਤੂੰ ਵੀ ਆਪਣੀ ਪੜਾਈ ਤੇ ਜ਼ੋਰ ਦੇ ਬਸ ਰਹਿਨ ਦੋ ਮੰਮੀ ਜੀ ਇਹ ਸਪੋਰਟਸਟਾਰ ਬਣੂਗਾ ਓਕੇ ਮੇ ਬੀਜੇਪੀ ਆਉਗੀ ਤਾਂ ਕਬੱਡੀ ਦੀ ਖੇਡ ਨੂੰ ਉਤਸ਼ਾਹਤ ਕਰਨ ਲਈ ਪੇਂਡੂ ਟੂਰਨਾਮੈਂਟ ਨੂੰ ਵਧਾਵਾ ਦੇਵੇਗੀ ਸਾਨੂੰ ਬੀਜੇਪੀ ਚਾਹੀਦੀ ਹੈ ਕੀ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇ ਰਿਹਾ ਕਿਉਂਕਿ ਮਾਪਿਓ ਦਾ ਕਹਿਣਾਗਾ ਕਿ ਉਹਨਾਂ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਪਿੱਛੇ ਬਹੁਤ ਸੋਹਣਾ ਇੱਕ ਗੇਟ ਬਣਿਆ ਹੋਇਆਗਾ ਤੇ ਇੱਧਰ ਮੈਂ ਆਖੂਗਾ ਮੇਰੇ ਸਾਥੀ ਨੂੰ ਤਸਵੀਰਾਂ ਦਿਖਾਈਆਂ ਜਾਣ ਵੀ ਜਿਹੜਾ ਇੱਥੇ ਇੱਕ ਵੀ ਕੋਈ ਟਾਇਲਟ ਹੈ ਜਾਂ ਕੋਈ ਬਾਥਰੂਮ ਹੈ ਉਹਦਾ ਕੋਈ ਪ੍ਰਬੰਧ ਨਹੀਂ ਬੱਚੇ ਖੁੱਲੇ ਦੇ ਵਿੱਚ ਬਾਥਰੂਮ ਜਾਂਦੇ ਆ ਟੀਚਰਾਂ ਦਾ ਵੀ ਇੱਥੋਂ ਤੋਂ ਕਹਿਣਾ ਕਿ ਉਹਨਾਂ ਨੂੰ ਵੀ ਬਾਹਰ ਜਾਣਾ ਪੈਂਦਾਗਾ ਇੱਥੇ ਬੱਚਿਆਂ ਦੇ ਪੇਰੈਂਟਸ ਨੇਗੇ ਉਹਨਾਂ ਨਾਲ ਗੱਲ ਕਰ ਲੈਣੇ ਆਗੇ ਕੀ ਉਹਨਾਂ ਨੂੰ ਕੀ ਕੀ ਸਮੱਸਿਆ ਆਉਂਦੀ ਹੈਗੀ ਬਾਪੂ ਜੀ ਕੀ ਨਾਮ ਹੈ ਜੀ ਬੰਤਾ ਸਿੰਘ ਆ ਜੀ ਤੁਹਾਡੇ ਬੱਚੇ ਪੜ੍ਹਦੇ ਇੱਥੇ ਪੜ੍ਹਦੇ ਆ ਜੀ ਪੋਤੀ ਪੋਤਾ ਦੋ ਮੇਰੇ ਉਰੇ ਕਿਵੇਂ ਦੇਖਦੇ ਹਾਂ ਕਿਹੜੇ ਹਾਲਾਤਾਂ ਚ ਫਿਰ ਬੱਚੇ ਇੱਥੇ ਆਉਂਦੇ ਆ ਉਹ ਹਾਲ ਹੈ ਜੀ ਕੁਝ ਨਹੀਂ ਦੇਖਣ ਨੂੰ ਕੁਝ ਨਹੀਂ ਇਹਨਾਂ ਦਾ ਹੁਣ ਤਾਂ ਜਿਹੜੇ ਆਉਂਦੇ ਨੇ ਉਰੇ ਵੋਟਾਂ ਮੰਗਣ ਉਹ ਵੀ ਸਾਡੇ ਲਈ ਹੱਕਦਾਰ ਨਹੀਂ ਮੰਗਣ ਦੇ ਵੱਡੀ ਗੱਲ ਛੱਡੋ ਹੁਣ ਤੁਸੀਂ ਸਾਰੀ ਹਾਲਤ ਦਿਖ ਦਿਓ ਸਕੂਲ ਦੀ ਬਹੁਤ ਬੁਰਾ ਹਾਲ ਹੈ ਸਾਡੇ ਸਕੂਲ ਦਾ ਦੂਜਾ ਸਾਡੇ ਉਹ ਨਾਲੇ ਦਾ ਵਿਕਾਸ ਹੈ ਉਹ ਵੀ ਕੋਈ ਨਹੀਂ ਗਲੀਆਂ ਚ ਵੀ ਕੋਈ ਵਿਕਾਸ ਨਹੀਂ ਹੈਗਾ ਬੱਚੇ ਆਉਂਦੇ ਕਿਵੇਂ ਅੰਦਰ ਬੱਚੇ ਬੁਰੇ ਹਾਲੀ ਆਉਂਦੇ ਆ ਬਹੁਤ ਔਖਾ ਹੈ। ਹੁੰਦਾ ਬਾਥਰੂਮ ਦਾ ਪ੍ਰਬੰਧ ਹੈ। ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਹੈਗਾ ਸਾਡੇ ਬੱਚਿਆਂ ਨੂੰ ਇੱਥੇ। ਉਹ ਵੀ ਪਿਛਲੇ ਪਾਸੇ ਸਕੂਲ ਦੇ ਵਿਚਾਰੇ ਉਧਰ ਜਾ ਕੇ ਬੈਠ ਕੇ ਜਾ ਕੇ ਕਰਦੇ ਆ ਪਿਸ਼ਾਬ ਸ਼ੂ ਪਰ ਕੁਝ ਨਹੀਂ ਸਾਡੀ ਪੂਰੀ ਹਾਲਤ ਹੈ ਵੀ ਸਕੂਲ ਦੀ ਸਾਡੀ ਦੀ ਬਹੁਤ ਗੰਦੀ ਹਾਲਤ ਹੈ। ਕੁਝ ਹੋਰ ਲੋਕ ਨੇ ਉਹਨਾਂ ਨਾਲ ਗੱਲ ਕਰਦੇ ਇੱਥੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਵੀਰ ਜੀ ਕੀ ਨਾਮ ਹੈ ਹਰੇ ਰਾਮ ਜੀ ਤੁਹਾਡੇ ਬੱਚੇ ਪੜ੍ਹਦੇ ਇੱਥੇ ਹਾਂਜੀ ਪੜ੍ਹਦੇ ਨੇ ਜੀ ਕਿਹੜੇ ਹਾਲਾਤਾਂ ਚ ਬੱਚੇ ਇੱਥੇ ਹੁੰਦੇ ਆ ਬਹੁਤ ਬੁਰਾ ਹਾਲ ਹੀ ਆ ਜੀ ਬਹੁਤ ਮਾੜਾ ਹਾਲ ਹੈ ਸਕੂਲ ਚ ਤਾਂ ਬਸ ਠੀਕ ਹੈ ਕਿ ਮਜਬੂਰ ਇਹ ਕੋਈ ਘਟਨਾ ਬੱਚਿਆਂ ਨਾਲ ਵਾਪਰ ਜੇ ਤੁਹਾਨੂੰ ਡਰ ਲੱਗਿਆ ਰਹਿੰਦਾ ਹੁਣ ਹਰ ਟਾਈਮ ਹਾਂਜੀ ਹਰ ਟਾਈਮ ਡਰ ਲੱਗਿਆ ਰਹਿੰਦੇ ਉਹ ਆਵਾਰਾ ਪਸ਼ੂ ਨੇ ਸਕੂਲ ਚ ਆ ਜਾਂਦੇ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਹੀ ਬਹੁਤ ਜ਼ਿਆਦਾ ਵੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਵੀ ਸਾਡੀ ਸਕੂਲ ਦਾ ਕੰਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਮੀਰ ਜੀ ਚੀਜ਼ ਨੂੰ ਕੀ ਦੇਖਣਾ ਸੀ ਨੇ ਵਜਿੰਦਰ ਸਿੰਘ 라 ਜੀ ਨੇ ਉਹ ਕਹਿੰਦੇ ਅਸੀਂ ਸਮਾਰਟ ਸਕੂਲ ਬਣਾਤੇ ਆ ਕਰਤੇ ਵਾਹ ਕਰਤੇ ਅਸੀਂ ਤਾਂ ਨਹੀਂ ਮੰਨਦੇ ਜੀ ਅਸੀਂ ਤਾਂ ਤਾਂ ਮੰਨਾਂਗੇ ਜੇ ਸਾਡੇ ਸਮਾਰਟ ਸਕੂਲ ਬਣਨਗੇ ਜੀ ਕੋਈ ਵੀ ਇੱਥੇ ਕੋਈ ਪ੍ਰਬੰਧ ਨਹੀਂ ਹੈਗੇ ਜੀ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਜੀ ਆਹ ਪਾਣੀ ਦੇਖ ਲਓ ਤੁਹਾਡੇ ਸਾਹਮਣੇ ਜੀ ਮਾਹਮਾਰੀ ਫੈਰ ਰਹੀ ਹੈ ਜੀ ਲੋਕ ਕਹਿੰਦੇ ਨੇ ਕਰੋਨਾ ਆ ਗਿਆ ਕਰੋਨਾ ਆ ਤਾਂ ਕਰੋਨੇ ਤੋਂ ਭੈੜਾ ਤਾਂ ਇਹ ਕੰਮ ਹੋਇਆ ਪਿਆ ਜੀ ਠੀਕ ਹੈ ਨਾ ਅਸੀਂ ਤਾਂ ਤਾਂ ਮੰਨੀਏ ਵੀ ਸਾਡਾ ਵੀ ਹਾਂ ਸਮਾਰਟ ਸਕੂਲ ਬਣਾਤਾ ਜੀ ਠੀਕ ਹੈ ਨਾ ਤਾਂ ਅਸੀਂ ਮੰਨੀਏ ਜੀ ਆ ਜਿੰਨਾ ਵੀ ਹੋਇਆ ਜੀ ਸਾਰੇ ਜਾਨਕੀ ਪਿੰਡ ਦੀ ਮਦਦ ਨਾਲ ਹੋਇਆ ਜੀ ਠੀਕ ਹੈ ਨਾ ਜਿੰਨੀ ਅਸੀਂ ਭਰਤ ਬੁਵਾ ਸਕਦੇ ਭਰਤ ਬੁਵਾਤੀ ਆ ਦੇਖੋ ਆ ਜਿਹੜੇ ਬਾਉਂਡਰੀ ਵਜੀਆਂ ਨੇ ਇਹ ਗ੍ਰਾਂਟ ਜਾਨਕੀ ਪੈਸੇ ਇਕੱਠੇ ਕਰ ਕਰਕੇ ਅਸੀਂ ਆਉਦੀ ਸਾਢੇ 4 ਸਾਲ ਵਿਜੇਂਦਰ ਸਿੰਘਲਾ ਸਿੱਖਿਆ ਮੰਤਰੀ ਰਹੇ ਨੂੰ ਤਾਂ ਕਹਿੰਦੇ ਨੇ ਵੀ ਮੈਂ ਸਕੂਲ ਸਮਾਰਟ ਬਣਾਏ ਨੇ ਅੰਦਰ ਵੀ ਅਸੀਂ ਦੇਖਿਆ ਪ੍ਰੋਜੈਕਟਰ ਲੱਗੇ ਹੋਏ ਨੇ ਸਕੂਲ ਦੇ ਵਿੱਚ ਵੀ ਤਾਂ ਜਿਹੜਾ ਇਹ ਇਹ ਤਾਂ ਇੱਦਾਂ ਬਹੁਤ ਖਤਰੇ ਵਾਲਾ ਹੈਗਾ ਕਿਉਂਕਿ ਅਸੀਂ ਆ ਦੇਖੇ ਗੰਦਗੀ ਦੇ ਢੇਰ ਨੇ ਜਿਹੜਾ ਮੇਨ ਗੇਟ ਆ ਉਹਦੇ ਉੱਪਰ ਇੰਨੀ ਗੰਦਗੀ ਪਈ ਹੈ ਕਿ ਗੇਟ ਬੰਦ ਪਿਆ ਹੈਗਾ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈਗਾ ਹਨਾ ਤਾਂ ਇਹ ਤਾਂ ਬੱਚਿਆਂ ਲਈ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਛੋਟੀ ਉਮਰ ਦੇ ਬੱਚੇ ਹੁੰਦੇ ਆ ਇਹ ਤਾਂ ਮਤਲਬ ਬਿਮਾਰੀਆਂ ਦਾ ਘਰ ਬਣ ਇੱਕ ਢੰਗ ਨਾਲ ਸਕੂਲ ਬਾਜਪਾ ਗਠਬੰਧਨ ਦੀ ਸਰਕਾਰ ਆਉਗੀ ਤੇ ਪੈਨਸ਼ਨ ਉਮੀਦ ਨਾਲ ਉਹ ਤਦ ਨਹੀਂ ਹੋ ਜੂਗੀ ਮੇਰੀ ਵੋਟ ਵੀ ਉਹਨਾਂ ਬਾਜਪਾ ਗਠਬੰਧਨ ਵਿੱਚ ਜਾਊਗੀ ਪ੍ਰੋਬਲਟੀ ਐਮਟੀ ਸਰਿਆ ਤੁਹਾਡੇ ਪਰੋਸੇ ਦਾ ਪ੍ਰਤੀਕ ਜਰਮਨ ਟੈਕਨੋਲੋਜੀ ਦੇ ਨਾਲ ਬਣਿਆ ਨੌਰਥ ਇੰਡੀਆ ਦਾ ਨੰਬਰ 1 ਸਰਿਆ ਅ ਪ੍ਰੋਡਕਟ ਆਫ ਸਾਲਸਨ ਸਟੀਲ ਜਿੰਨੇ ਵੀ ਆਤਵਾਦ ਪੀੜਿਤ ਪਰਿਵਾਰ ਨੇ ਭਾਜਪਾ ਸਰਕਾਰ ਉਹਨਾਂ ਨੂੰ ਵੀ 5 ਲੱਖ ਰੁਪਏ ਇੱਕਮੁੱਠ ਮੁਆਵਜ਼ਾ ਦੇਵੇਗੀ ਸ਼ੁਕਰ ਹੈ ਭਾਜਪਾ ਸਰਕਾਰ ਨੇ ਸਾਡੇ ਗਰੀਬ ਪਰਿਵਾਰਾਂ ਬਾਰੇ ਸੋਚਿਆ ਸਾਡੇ ਵਰਗੇ ਲੱਖਾਂ ਗਰੀਬ ਪਰਿਵਾਰ ਭਾਜਪਾ ਦੇ ਨਾਲ ਹਨ ਅਤਵਾਦ ਤੇ ਇੱਕ ਵਾਰ ਤੁਹਾਡੇ ਨਾਲ ਭਾਜਪਾ ਸਰਕਾਰ ਚਲੋ ਜੀ ਉਹ ਜੀ ਕਹਿੰਦੇ ਨੇ ਅਸੀਂ ਨੇ 스마트 ਸਕੂਲ ਬਣਾਤੇ ਆ ਬਣਾਤੇ ਜੀ ਉਹ ਇੱਕ ਦੀ ਪਤਾ ਲੱਗ ਜੂ ਜੀ ਵੀ ਜੇ 스마트 ਸਕੂਲ ਬਣਾਏ ਹੋਏ ਉਹਨਾਂ ਨੇ ਕੋਈ ਕੰਮ ਕੀਤਾ ਹੋਇਆ ਉਹ ਇੱਕ ਦੀ ਜਨਤਾ ਦੱਸ ਦਊਗੀ ਜੀ ਜੇ ਕੀਤੇ ਹੋਣਗੇ ਜੇ ਦਿੱਤੇ ਜਾਣਗੇ ਜੀ ਠੀਕ ਹੈ ਜੀ ਉਹ ਤਾਂ ਜਨਤਾ ਦੇ ਹੱਥ ਚ ਇਹ ਸਾਰਾ ਕੁਝ ਜੀ ਠੀਕ ਮਰਜੀ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨੂੰ ਕਿਉਂਕਿ ਸਕੂਲ ਹੈ ਜਿਹੜਾ ਇੱਕ ਉਹ ਬੱਚਿਆਂ ਲਈ ਤਾਂ ਖਤਰ ਹੀ ਆ ਜਿਵੇਂ ਦੇਖੀ ਹੈ ਨਾ ਕੋਈ ਵੀ ਆਵਾਰਾ ਪਸ਼ੂ ਬਾਹਰੋਂ ਅੰਦਰ ਆ ਸਕਦੇ ਨੇ ਪਾਣੀ ਖੜਾਏਗਾ ਬਿਮਾਰੀਆਂ ਪਣਪਰੀਆਂ ਨਹਿਗੀਆਂ ਤਾਂ ਕਿਹੜੇ ਫਿਰ ਉਹ ਡਰ ਲੱਗਿਆ ਰਹਿੰਦਾ ਹੁਣ ਕਿਉਂਕਿ ਮਾਪਿਆਂ ਨੂੰ ਇੱਕ ਡਰ ਹੁੰਦਾ ਨਾ ਕੋਈ ਵੀ ਘਟਨਾ ਮਤਲਬ ਬੱਚੇ ਨਾਲ ਵਾਪਰ ਸਕਦੀ ਹੈ ਇੱਥੇ ਨੇ ਬਹੁਤ ਵਾਰੀ ਕੱਢ ਕੇ ਗਏ ਆ ਸੀ ਬਾਹਰ ਜੀ ਅਸੀਂ ਆਪਰੇ ਰਹਿੰਨੇ ਆ ਜਦੋਂ ਕੰਮ ਕਰਦੇ ਆ ਆ ਪਿੱਛੇ ਦੇਖ ਸਕਦੇ ਹੋ ਪਸ਼ੂ ਆ ਬੈਠੇ ਨੇ ਅਸੀਂ ਆਪ ਅੱਗੇ ਕੱਢ ਕੇ ਜਾਂਦੇ ਹਾਂ ਜੀ ਪਸ਼ੂ ਇਹ ਸਰਕਾਰ ਵਿਜੇਂਦਰ ਸਿੰਘਲਾ ਬਲਕੇ ਸਿੱਖਿਆ ਮੰਤਰੀ ਨੇ ਸਾਡੇ ਔਰੇ ਦੇ ਪਰ ਸਾਡੇ ਹਲਕੇ ਵੱਲ ਕੋਈ ਧਿਆਨ ਨਹੀਂ ਤਾਂ ਸਾਡਾ 8 ਨੰਬਰ ਵਾਰਡ ਹੈ ਸ਼ਹਿਰ ਸਾਡਾ ਸੁਨਾਮ ਪੈਂਦਾ ਹੈ ਤਹਿਸੀਲੇ ਵੀ ਸਾਡੀ ਸੁਨਾਮ ਪੈਂਦੀ ਹੈ ਜੀ ਪਰ ਸਾਡੇ ਕਿਸੇ ਵਾਰ ਕੋਈ ਗਲੀ ਨਾਲੀ ਦਾ ਕਿਸੇ ਵੀ ਚੀਜ਼ ਦਾ ਕੋਈ ਵਿਕਾਸ ਨਹੀਂ ਹੈਗਾ ਤੁਹਾਡੇ ਬੱਚੇ ਇੱਥੇ ਪੜ੍ਹਦੇ ਆ ਮੇਰੇ ਦੋ ਬੱਚੇ ਪੜ੍ਹਦੇ ਆ ਔਰੇ ਅ ਮੈਂ ਆਪ ਛੱਡ ਕੇ ਜਾਨਾ ਫਿਰ ਕੰਧ ਟੱਪ ਕੇ ਜਾਨਾ ਦੋ ਦਿਨ ਉਸਕੇ ਸਕੂਲ ਬੰਦ ਰਹਿੰਦਾ ਜੇ ਮੀਂਹ ਪੈ ਜੇ ਲਗਾਤਾਰ ਜੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਹੈ ਪਰ ਦੇਖਿਆ ਕਿਸੇ ਪਾਸੇ ਕੋਈ ਚਾਰ ਦਿਵਾਰੀ ਨਹੀਂ ਅੰਦਰ ਮਤਲਬ ਪਾਣੀ ਹੈ ਜਿਹੜਾ ਉਹ ਤਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ ਅਸੀਂ ਬਹੁਤ ਵਾਰ ਗਏ ਆ ਮਿਊਸਪਲ ਕਮੇਟੀ ਨੂੰ ਵੀ ਲਿਖ ਕੇ ਦਿੱਤਾ ਜੀ ਸਾਡਾ ਹੱਲ ਕਰੋ ਇਹ ਪਾਣੀ ਨੂੰ ਕੱਢਣ ਦਾ ਕੋਈ ਹੱਲ ਕਰੋ ਉਹ ਕਹਿੰਦੇ ਵੀ ਇਹਦਾ ਹੱਲ ਤਾਂ ਆਪਣੇ ਸਰਕਾਰ ਕਰੂਗੀ ਜਿਹੜੇ ਗ੍ਰਾਂਟ ਦਿੰਦੀ ਹੈ ਇਹਨਾਂ ਨੂੰ ਵੈਸੇ ਨਹੀਂ ਇਹਦਾ ਹੱਲ ਕਰ ਸਕਦੇ ਤਾਂ ਗਲੀ ਨਾਲੀ ਕੱਢ ਸਕਦੇ ਆ ਅਸੀਂ ਇਹ ਪਾਣੀ ਦਾ ਵੀ ਤੁਸੀਂ ਹੱਲ ਕਰੋ ਉਹ ਕਹਿੰਦੇ ਜੀ ਸਾਡੇ ਹੱਥ 'ਚ ਨਹੀਂ ਹੈਗੀ ਸਾਡੇ ਦਾ ਕੋਈ ਵੀ ਹੁਣ ਵੋਟਾਂ ਮੰਗਣ ਸਾਰੇ ਆ ਜਾਂਦੇ ਨੇ ਜੀ ਸਾਡੇ ਇੱਥੇ ਪੰਜ ਦੀ ਮੰਡੀ ਵੀ ਲੱਗਦੀ ਹੈ ਜੀ ਪਸ਼ੂ ਮੰਡੀ ਲੱਗਦੀ ਐ ਉਦੋਂ ਪਿੰਡਾਂ ਦੇ ਆ ਕੇ ਜੀ ਇੱਥੇ ਗਾਈਆਂ ਛੱਡ ਜਾਂਦੇ ਨੇ ਉਸ ਤੋਂ ਬਾਅਦ ਜੀ ਦੇਖੋ ਤੁਹਾਡੇ ਸਾਹਮਣੇ ਆਵਾਰਾ ਪਸ਼ੂ ਫਿਰਦੇ ਨੇ ਇੱਥੇ ਲੜਦੇ ਨੇ ਜੀ ਠੀਕ ਐ ਨੇ ਆਵਾਰਾ ਕੁੱਤੇ ਯਾਨੀ ਕਿ ਬਹੁਤ ਬੁਰਾ ਹਾਲ ਆ ਵੀ ਰਹਿਣ ਜੋਗਾ ਕੰਮ ਤਾਂ ਹੈ ਨਹੀਂ ਜੀ ਬਿਲਕੁਲ ਵੀ ਜੀ ਕੀ ਕਹਿਣਾ ਚਾਹੋਗੇ ਜੀ ਹਾਂ ਜੀ ਸਾਡੇ ਜੀ ਇੱਥੇ ਕਮੇਟੀ ਵਾਲੇ ਆਏ ਸੀ ਉਦੋਂ ਵੀ ਅਸੀਂ ਤੁਹਾਡਾ ਪਾਣੀ ਦਾ ਨਕਾਸ਼ ਕੱਢ ਦਾਂਗੇ ਤੇ ਤੁਹਾਨੂੰ ਸੀਵਰੇਜ ਪਾ ਦਾਂਗੇ ਨਾ ਉਹ ਸੀਵਰੇਜ ਆਇਆ ਜੀ ਨਾ ਉਹ ਕਮੇਟੀ ਵਾਲੇ ਆਏ ਨੇ ਅਸਾ ਸਕੂਲ ਦੇ ਵਿੱਚ ਸਾਡਾ ਪਾਣੀ ਦੇਖਾ ਉਧਰੋਂ ਸਕੂਲ ਉਧਰੋਂ ਜਿਹੜੀ ਪਾਲੀਬਾਸਟੀ ਦਾ ਪੁਰਾਣੀ ਦਾ ਜਿੰਨਾ ਪਾਣੀ ਟੁੱਟ ਕੇ ਜੀ ਸਾਰਾ ਅੰਦਰ ਆ ਰਿਹਾ ਜੇ بارش ਪੈ ਜਾਵੇ ਸਾਨੂੰ ਬੱਚਿਆਂ ਨੂੰ ਬਾਹਲਾ ਔਖਾ ਹੋ ਜਾਂਦਾ ਬੱਚੇ ਸੀ ਕਿਵੇਂ ਛੱਡ ਸਕਦੇ ਅੰਦਰ ਕਿਵੇਂ ਉਹਨਾਂ ਨੂੰ ਬਾਹਰ ਲਿਜਾ ਸਕੂਲ ਸਾਨੂੰ ਬੰਦ ਕਰਨਾ ਪੈਂਦਾ ਇਸ ਕਰਕੇ ਸਾਡੀ ਸਰਕਾਰ ਮੂਰੇ ਇਹ ਹੀ ਪਰੇਸ਼ਾਨ ਹੈ ਕਿ ਸਾਡੇ ਸਕੂਲ ਦੀ ਸੂਰਤ ਵਧੀਆ ਕਰੀ ਜਾਵੇ ਸੋ ਤੁਸੀਂ ਦੇਖਿਆ ਵੀ ਮਾਪਿਆਂ ਨੂੰ ਵੀ ਕਿਹੜਾ ਡਰ ਹੈਗਾ ਹਮੇਸ਼ਾ ਬਣਿਆ ਰਹਿੰਦਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਲਬੇ ਜਿਹੜੀ ਉਹ ਪਸ਼ੂਆਂ ਦੀ ਮੰਡੀ ਲੱਗਦੀ ਉਹ ਥੇੜੇ ਵਾਰ ਆ ਪਸ਼ੂ ਨੇ ਕਈ ਵਾਰੀ ਲੋਕੋ ਛੱਡ ਜਾਂਦੇ ਨੇ ਪਰ ਹੁਣੇ ਦੇਖਣਾ ਹੋਵੇਗਾ ਕਿ ਐਜੂਕੇਸ਼ਨ ਡਿਪਾਰਟਮੈਂਟ ਇਹਦੇ ਵਿੱਚ ਕੀ ਕਰ ਰਿਹਾ ਹੈਗਾ ਕਿਉਂਕਿ ਇਹ ਤਾਂ ਬਿਲਕੁਲ ਇੱਕ ਬੱਚਿਆਂ ਦੇ ਲਈ ਖਤਰਾ ਹੈਗਾ ਸਕੂਲ ਜੇਕਰ ਦੇਖਿਆ ਵੀ ਖੁਦ ਮਾਪਿਆਂ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਜਾਨ ਤੇ ਬਣੀ ਰਹਿੰਦੀ ਹੈ ਜਿੰਨਾ ਚਿਰ ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਆ ਕਿਉਂਕਿ ਜਿਹੜੀ ਸਕੂਲ ਦਾ ਅੰਦਰੋਂ ਗਰਾਊਂਡ ਹੈ ਜਦੋਂ ਸਕੂਲ ਦੇ ਵਿੱਚ ਐਂਟਰ ਹੁੰਨੇ ਆ ਤਾਂ ਉਹ 3 ਫੁੱਟ ਘੱਟ ਕਿਉਂਕਿ ਹਰ ਮਾਪੇ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਨੇ ਪਰ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰਦੀਆਂ ਨੇ ਪਰ ਉਹ ਦਾਅਵੇ ਜਦੋਂ ਹਕੀਕਤ ਦੇ ਵਿੱਚ ਆ ਕੇ ਇਸ ਤਰ੍ਹਾਂ ਮਿਲਦੇ ਨੇਗੇ ਤਾਂ ਲੋਕ ਹਮੇਸ਼ਾ ਨਿਰਾਸ਼ ਹੁੰਦੇ ਨੇ ਪਰ ਹੁਣ ਅੱਗੇ ਦੇਖਦੇ ਹਾਂ ਕਿ ਪ੍ਰਸ਼ਾਸਨ ਸਾਡੀ ਇਹ ਖਬਰ ਨਸਰ ਹੋਣ ਤੋਂ ਬਾਅਦ ਇਸ ਦੇ ਉੱਪਰ ਕੀ ਕਾਰਵਾਈ ਲੈਂਦਾ ਹੈ ਪੰਜਾਬ ਟਰੂਡੇ ਦੇਖ ਰਹੇ ਹੋ ਤੁਸੀਂ ਮੈਂ ਕੁਲਵੀਰ ਸਿੰਘ ਸੁਨਾਮ